ਰੱਜੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਤੁਹਾਡਾ ਸਾਨੂੰ ਤਾਂ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੌਣੋ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਇਟਲੀ ਦੀ ਸਿਚੁਏਸ਼ਨ ਸੰਨ ਕੀ ਕਹ ਰਹੀ ਹੈ ਇਟਲੀ ਦੇ ਵਿੱਚ 3455 ਨਵੇਂ ਕੇਸ 140 ਮਰੀਜ਼ਾਂ ਦੀ ਹੋਈ ਮੌਤ 9305 ਮਰੀਜ਼ ਇਟਲੀ ਦੇ ਵਿੱਚ ਹੋਇਆ ਠੀਕ ਤੇ ਜੇਕਰ ਗੱਲ ਪੋਜ਼ਿਟਿਵ ਮਰੀਜ਼ਾਂ ਦੀ ਕਰੀਏ ਤਾਂ 322899 ਅੱਜ ਵੀ ਇਟਲੀ ਦੇ ਵਿੱਚ ਪੋਜ਼ਿਟਿਵ ਮਰੀਜ਼ ਜਿਹੜਾ ਮੌਜੂਦ ਆ ਜਿਨ੍ਹਾਂ ਦੇ ਵਿੱਚੋਂ 1754 ਆਈਸੀਓ ਜਿਨ੍ਹਾਂ ਨੂੰ ਅਸੀਂ ਐਮਰਜੈਂਸੀ ਵਾਰਡ ਕਹਿੰਦੇ ਅਤੇ 12024 ਘਰਾਂ ਜਿਹੜਾ ਹਸਪਤਾਲ ਦੇ ਵਿੱਚ ਕੋਵਿਡ ਦੇ ਸਿੰਪਟਮ ਦੇ ਨਾਲ 309113 ਘਰਾਂ ਦੇ ਵਿੱਚ ਜਿਹੜਾ ਬੰਦਾ ਟੋਟਲ ਅੱਜ ਵੀ ਕਵਾਰੈਂਟਾਈਨ ਕੀਤਾ ਹੋਇਆ ਜੀ ਤੇ ਜੇ ਅਸੀਂ ਗੱਲ ਕਰੀਏ ਵੈਕਸੀਨ ਦੀ ਤਾਂ ਵੈਕਸੀਨ ਦੇ ਵਿੱਚ ਦੁਨੀਆ ਜੇ ਅਸੀਂ ਦੁਨੀਆ ਦੀ ਗੱਲ ਕਰੀ ਤਾਂ ਇੰਡੀਆ ਜਿਹੜਾ ਦੁਨੀਆ ਦੇ ਵਿੱਚ ਹੁਣ ਵੀ ਤੀਸਰੇ ਨੰਬਰ ਤੇ ਆ ਜਿਨੇ 182.25 ਮਿਲੀਅਨ ਨੂੰ ਪਹਿਲਾ ਤੇ 40.48 ਮਿਲੀਅਨ ਨੂੰ ਦੂਸਰਾ ਵੈਕਸਿਨ ਦਾ ਡੋਜ਼ ਲਾ ਦਿੱਤਾ ਜੀ ਇਟਲੀ ਦੁਨੀਆ ਦੇ ਵਿੱਚ ਨੌਵੇਂ ਨੰਬਰ ਤੇ ਜਿਨੇ 2 ਕਰੋੜ 76000 2 ਕਰੋੜ 76 ਲੱਖ 4159 ਨੂੰ ਪਹਿਲਾ ਤੇ 84 ਲੱਖ 62832 ਨੂੰ ਦੂਸਰਾ ਵੈਕਸਿਨ ਦਾ ਡੋਜ਼ ਜਿਹੜਾ ਲਾ ਦਿੱਤਾ ਜੇਸੀ ਗੱਲ ਕਰੀਏ ਸਭ ਤੋਂ ਵੱਧ ਕੇਸ ਕਿਹੜੇ ਏਰੀਆ ਦੇ ਵਿੱਚ ਆਇਆ ਉਹ ਆ ਜੀ ਲੋਮਬਰ ਦੀ ਹੈ ਜਿਹਦੇ ਵਿੱਚ 675 ਕੇਸ ਕੰਪਨੀਆਂ ਦੇ ਵਿੱਚ 550 ਲਾਤਸਿਓ ਦੇ ਵਿੱਚ 388 ਤਸਕਾਨਾ 382 ਇਮਿਲਿਆ ਰੋਮਾਨੀਆ ਦੇ ਵਿੱਚ 342 ਜਿਹੜਾ ਨਵਾਂ ਕੇਸ ਰਜਿਸਟਰ ਹੋਇਆ ਜੀ। ਜੇਕਰ ਇੱਕ ਪਾਸੇ ਅਸੀਂ ਦੇਖੀਏ ਕਿ ਇਟਲੀ ਦੇ ਵਿੱਚ ਜਿਹੜੀ ਕੇਸਾਂ ਦੀ ਗਿਣਤੀ ਬਹੁਤ ਹੀ ਘਟਾਈ ਹੈ ਤਾਂ ਉਧਰ ਜੇ ਦੂਸਰਾ ਪਾਸਾ ਦੇਖਣ ਵਾਲਾ ਇਹ ਵੀ ਹੈ ਕਿ ਇਟਲੀ ਦੇ ਵਿੱਚ ਜਿਹੜੇ ਟੈਸਟ ਉ ਵੀ ਬਹੁਤ ਘਟ ਕੀਤੇ ਗਏ। ਅੱਜ ਜੀ ਤੱਕ तकरीबन ਸਵਾ ਲੱਖ ਟੈਸਟ ਕੀਤਾ ਗਿਆ। 118924 ਜਿਹੜਾ ਟੋਟਲ ਇਟਲੀ ਦੇ ਵਿੱਚ ਟੈਸਟ ਕੀਤਾ ਗਿਆ। ਕੱਲ तकरीबन 2 ਲੱਖ 2000 ਸਗਲ 2 ਲੱਖ ਤੋਂ ਉੱਤੇ ਟੈਸਟ ਕੀਤਾ ਗਿਆ ਹੈ। ਅੱਜ ਦੇ ਤਰਸੋ ਦੀ ਪੋਜ਼ਿਟਿਵਿਟੀ ਹੈ ਜੀ 2.9% ਸੀ ਕਹਿਣ ਦਾ ਭਾਵ ਹੈ ਕਿ 100 ਟੈਸਟਾਂ ਦੇ ਪਿੱਛੇ ਦੋ ਬੰਦੇ ਅਤੇ 1000 ਦੇ ਪਿੱਛੇ ਜਿਹੜੇ ਆ 29 ਬੰਦੇ ਪੋਜ਼ਿਟਿਵ ਆ ਰਹੇ ਸਨ ਤੇ ਉਧਰ ਹੀ ਜੇਕਰ ਅਸੀਂ ਗੱਲ ਇੰਡੀਆ ਦੀ ਕਰੀਏ ਤਾਂ ਇੰਡੀਆ ਦੇ ਵਿੱਚ ਕਿੰਨੇ ਕੇਸ ਆਏ ਜੀ ਲਾਸਟਲੇ 25 ਦਿਨਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੰਡੀਆ ਦੇ ਵਿੱਚ ਗਿਣਤੀ ਜਿਹੜੀ 3 ਲੱਖ ਤੋਂ ਘਟ ਹੋਈ ਹੈ ਜੀ ਰੋਜ਼ ਹਰ ਰੋਜ਼ ਤਕਰੀਬਨ 3 ਲੱਖ ਨਵੇਂ ਕੇਸ ਰਜਿਸਟਰ ਹੋ ਰਹੇ ਸੀ ਅੱਜ ਜਿਹੜੇ ਲਾਸਟਲੇ 24 ਘੰਟੇ ਸੀ ਉਹਨਾਂ ਦੇ ਵਿੱਚ 247390 ਜਿਹੜੇ ਟੋਟਲ ਮਰੀਜ਼ ਨਵੇਂ ਹੋਏ ਨੇ ਪਰ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਉਹ ਤਕਰੀਬਨ 4000 ਦੇ ਨੇੜੇ ਹੀ ਘੁੰਮ ਰਹੀ ਹੈ ਜੀ। ਇਹ ਸੀ ਅਪਡੇਟ ਜਿਹੜਾ ਲਾਸਟਲੇ 24 ਘੰਟਿਆਂ ਦਾ ਪਰ ਜੇਕਰ ਅਸੀਂ 17 ਮਈ ਰਾਤ 10 ਵਜੇ ਇੰਡੀਆ ਦਾ ਅਪਡੇਟ ਦੇਖੀ ਤਾਂ ਇੰਡੀਆ ਦੇ ਵਿੱਚ ਹੁਣ ਤੱਕ 242903 ਕੰਫਰਮ ਕੇਸ ਆ ਚੁੱਕਾ 390500 16 ਬੰਦਾ ਠੀਕ ਹੋ ਚੁੱਕਾ ਤੇ 3707 ਬੰਦਿਆਂ ਦੀ ਮੌਤ ਵੀ ਹੋ ਚੁੱਕੀ ਹੈ। ਸਭ ਤੋਂ ਵੱਧ ਜਿਹੜੇ ਹੁਣ ਇਸ ਟਾਈਮ ਕੀਸ ਆ ਰਹੇ ਹੋ ਜੀ ਕਰਨਾਟਕ ਅਤੇ ਤਾਮਿਲਨਾਡੂ ਦੇ ਵਿੱਚ ਹੈ ਜੀ ਕਰਨਾਟਕਾਂ ਦੇ ਵਿੱਚ 38000 ਤਾਮਿਲਨਾਡੂ ਦੇ ਵਿੱਚ 33000 ਕੇਸ ਆ ਰਹੇ ਮਹਾਰਾਸ਼ਟਰ ਦੇ ਵਿੱਚ ਹੁਣ ਜਿਹੜੀ ਕੇਸਾਂ ਦੀ ਗਿਣਤੀ 40000 ਤੋਂ ਘੱਟ ਕੇ ਤਕਰੀਬਨ 26000 ਤੱਕ ਪਹੁੰਚ ਗਈ ਹੈ ਜੀ ਹਰਿਆਣਾ ਦੇ ਵਿੱਚ 7489 ਨਵੇਂ ਕੇਸ 14279 ਮਰੀਜ਼ ਠੀਕ 114 ਮਰੀਜ਼ਾਂ ਦੀ ਹੋਈ ਮੌਤ ਉਧਰ ਹੀ ਜਿਐ ਸੀ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਨੇ ਆਪਣਾ ਜਿਹੜਾ ਡਾਟਾ ਹੁਣ ਤੱਕ ਅਪਡੇਟ ਨਹੀਂ ਕੀਤਾ ਇੰਡੀਆ ਦੇ ਇਟਲੀ ਦੇ ਤਕਰੀਬਨ 8:30 ਵਜੇ ਆਪਣਾ ਉਹ ਡਾਟਾ ਅਪਡੇਟ ਕਰਦਾ ਜੀ ਅੱਜ ਨਵੇਂ ਫੈਸਲੇ ਹੋਇਆ ਜੀ ਅੱਜ ਫੈਸਲੇ ਦੀ ਘੜੀ ਹੀ ਮਾਰਿਓ ਦਰਾਗੀ ਜੀ ਨੇ ਸਵੇਰ ਤੋਂ ਹੀ ਆਪਣਾ ਜਿਹੜਾ ਫੈਸਲਾ ਦੱਸ ਦਿੱਤਾ ਹੈ ਪਹਿਲਾਂ 4 ਵਜੇ ਦੀ ਗੱਲ ਸੀ ਫਿਰ 5 ਵਜੇ ਫਿਰ 5:30 ਵਜੇ 6 6:30 ਵਜੇ ਤੱਕ ਫੈਸਲਾ ਹੋ ਚੁੱਕਾ ਦੇ ਸਭ ਤੋਂ ਪਹਿਲੀ ਜਿਹੜੀ ਸਕੀਮ ਸਰਕਾਰ ਨੇ ਸਕੀਮ ਲਾਈ ਸੀ ਫੈਸਲਾ ਕੀਤਾ ਹੈ ਮਾਰਿਓ ਦਰਾਗੀ ਜੀ ਕਹਿ ਰਹੇ ਜਿਹੜਾ ਕਰਫਿਊ ਆ ਸੋਮਵਾਰ ਤੋਂ ਹੀ ਜਿਹੜਾ ਕਰਫਿਊ ਆ ਰਾਤ ਦੇ 11 ਵਜੇ ਤੱਕ ਕਰ 11 ਵਜੇ ਤੋਂ ਸਟਾਰਟ ਕਰਨਾ ਚਾਹੀਦਾ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਪਰ ਜਿਹੜੇ ਲੀਗਾ ਪਾਰਟੀ ਦੇ ਪ੍ਰਧਾਨ ਸੀ ਜਿਨ੍ਹਾਂ ਦਾ ਨਾਮ ਮੱਥੇਉ ਸਲਬੀਨੀ ਜੀ ਉਹ ਕਹਿ ਰਹੇ ਸੀ ਰਾਤ ਦੇ 11 ਨਹੀਂ ਇਹ ਹੋਣਾ ਚਾਹੀਦਾ ਰਾਤ ਦੇ 12 ਵਜੇ ਤੋਂ ਸ਼ੁਰੂ ਕਰਕੇ ਸਵੇਰ ਦੇ 5 ਵਜੇ ਤੱਕ ਹੋਣਾ ਚਾਹੀਦਾ ਪਰ ਬਾਅਦ ਵਿੱਚ 6 6 6:30 ਵਜੇ ਤੱਕ ਇਹਨਾਂ ਦੇ ਸਾਰਿਆਂ ਦੀ ਆਪਸੀ ਸਹਿਮਤੀ ਦੇ ਨਾਲ ਇਹ ਗੱਲ ਡਿਕਲੇਅਰ ਹੋਈ ਹੈ ਜੀ ਕਿ ਅੱਜ ਰਾਤ ਤੋਂ ਹੀ ਜਿਵੇਂ ਅਸੀਂ ਦੇਖਿਆ ਸਵੇਰ ਤੋਂ ਜਾਂ ਅੱਜ ਰਾਤ ਤੋਂ ਹੀ ਜਿਹੜਾ 18 ਤਰੀਕ ਤੋਂ ਜੀ ਆਪਾਂ ਸ਼ੁਰੂਆਤ ਕਰਦੇ ਹਾਂ 18 ਤਰੀਕ ਤੋਂ ਜਿਹੜਾ কারফিউ ਦਾ ਟਾਈਮ ਆ ਰਾਤ ਦੇ 11 ਵਜੇ ਤੱਕ ਕਰ ਦਿੱਤਾ ਗਿਆ ਤੇ 7 ਜੂਨ ਨੂੰ ਜੇ ਅਸੀਂ ਗੱਲ ਕਰੀਏ ਜਿਹੜਾ ਕਰਫਿਊ ਆ ਟੋਟਲੀ ਹੀ ਕੱਟ ਦਿੱਤਾ ਜਾਣਾ ਕਿਹਨਾਂ ਦੇ ਵਿੱਚ ਉਹਨਾਂ ਇਰੀਆਂ ਦੇ ਵਿੱਚ ਕੱਟਿਆ ਜਾਣਾ ਜਿਹੜਾ ਏਰੀਆ ਦੇ ਵਿੱਚ ਵਾਈਟ ਜ਼ੋਨ ਹੋਊਗਾ ਚਿੱਟਾ ਜ਼ੋਨ ਹੋਊਗਾ ਜੇਕਰ ਰੈੱਡ ਤੇ ਸੰਤਰੀ ਜ਼ੋਨ ਹੋਇਆ ਤਾਂ ਫਿਰ ਉਹਨਾਂ ਇਰੀਆਂ ਦੇ ਵਿੱਚ ਜਿਹੜਾ ਹੋ ਸਕਦਾ ਕਿ ਕਰਫਿਊ ਲਗਾਤਾਰ ਬਰਕਰਾਰ ਰਹੇਗਾ ਜੀ ਪੀਲੇ ਤੇ ਚਿੱਟੇ ਜ਼ੋਨ ਦੇ ਵਿੱਚ ਇਹਨਾਂ ਨੇ ਰਾਤ ਦੇ 11 ਵਜੇ ਤੱਕ ਅਤੇ 7 ਜੂਨ ਤੋਂ ਰਾਤ ਦੇ 12 ਵਜੇ ਤੋਂ ਸਟਾਰਟ ਕਰ ਦੇਣੀ ਆ 21 ਜੂਨ ਨੂੰ ਰਾਤ ਦਾ ਕਰਫਿਊ ਖਤਮ ਕਰ ਦਿੱਤਾ ਜਾਣਾ ਕਿ ਜਿੱਦਾਂ ਮਰਜ਼ੀ ਘੁੰਮੋ ਫਿਰੋ ਕੋਈ ਪ੍ਰੋਬਲਮ ਨਹੀਂ ਕਿਉਂਕਿ ਗਰਮੀਆਂ ਦਾ ਟਾਈਮ ਆ ਰਿਹਾ ਉਹ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਵਿਆਹਾਂ ਸ਼ਾਦੀਆਂ ਦੀ ਵਿਆਹਾਂ ਦੇ ਵਿੱਚ ਦੱਸਿਆ ਗਿਆ ਜਿਹੜੇ ਵਿਆਹਾਂ ਦੀਆਂ ਪਾਰਟੀਆਂ ਪਾਰਟੀਆਂ ਦੇ ਉੱਤੇ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਵਿਆਹ ਹੋ ਜਾਂਦਾ ਪਾਰਟੀ ਨਹੀਂ ਕਰ ਦਿੰਦੇ ਪਾਰਟੀਆਂ ਵੀ ਜਿਹੜੀ ਜਿਹੜੀਆਂ 15 ਤਰੀਕ ਤੋਂ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ ਵੀ ਕੀਤੀਆਂ ਜਾ ਸਕਦੀਆਂ ਨੇ ਸਰਕਾਰ ਨੇ ਕਹਿ ਦਿੱਤੇ ਆ ਕਿ ਤੁਸੀਂ ਬਾਹਰ ਵੀ ਪਾਰਟੀ ਕਰ ਸਕਦੇ ਆ ਅਲਕਿਊਜ਼ ਉਹ ਦੁਕਾਨਾਂ ਦੇ ਅੰਦਰ ਰੈਸਟੋਰੈਂਟਾਂ ਦੇ ਅੰਦਰ ਮੌਲਿਆਂ ਦੇ ਅੰਦਰ ਵੀ ਜਿਹੜੀ ਆ ਆਪਣੀਆਂ ਪਾਰਟੀਆਂ ਕਰਵਾ ਸਕਦੇ ਆ ਔਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਸ਼ਰਤ ਰੱਖੀ ਗਈ ਆ ਇਹ ਆ ਕਿ ਜਿਨ੍ਹਾਂ ਵੀ ਬੰਦਿਆਂ ਨੇ ਵਿਆਹਾਂ ਦੀਆਂ ਪਾਰਟੀਆਂ ਦੇ ਵਿੱਚ ਐਂਟਰ ਹੋਣਾ ਉਹਨਾਂ ਦੇ ਕੋਲ ਗ੍ਰੀਨ ਪਾਸ ਹੋਣਾ ਚਾਹੀਦਾ ਗ੍ਰੀਨ ਪਾਸ ਕੀ ਆ ਕਹਿਣ ਦਾ ਮਤਲਬ ਉਹ ਜਾਂ ਤਾਂ ਉਹਨਾਂ ਦੇ ਵੈਕਸੀਨ ਦੇ ਦੋ ਡੋਜ਼ ਲੱਗੇ ਆ ਜਾ ਫਿਰ ਉਹ ਵੈਕਸਿਨ ਤੋਂ ਪੋਜ਼ਿਟਿਵ ਹੋ ਕੇ ਨੈਗੇਟਿਵ ਹੋਇਆ ਜਾਂ ਫਿਰ ਉਹਨਾਂ ਨੇ ਲਾਸਟਲੇ 48 ਘੰਟਿਆਂ ਦੇ ਵਿੱਚ ਜਿਹੜਾ ਕੋਵਿਡ ਦਾ ਟੈਸਟ ਕੀਤਾ ਜੋ ਕਿ ਨੈਗੇਟਿਵ ਆਇਆ ਸਰਕਾਰ ਨੇ ਜਿਹੜਾ ਇੱਕ ਜਿਮ ਦੇ ਸ਼ੱਕੀਨ ਉਹਨਾਂ ਦੇ ਲਈ ਵੀ ਫੈਸਲਾ ਕੀਤਾ 24 ਮਈ ਤੋਂ ਜਿਮ ਦੇ ਜਿਹੜੇ ਸ਼ੱਕੀਨ ਆ ਉਹ ਆਪਣੇ ਪਲੇਸਟ੍ਰੈਂ ਦੇ ਵਿੱਚ ਜਾ ਸਕਦੇ ਆ 1 ਜੁਲਾਈ ਤੋਂ ਜਿਹੜੇ ਪਿਸ਼ੀ ਨੇ ਅਸ ਵੀਵਿੰਗ ਪੋਲਾ ਜਿਹੜੇ ਇਨਸਾਈਡ ਹੁੰਦੇ ਆ ਅੰਦਰ ਹੁੰਦੇ ਆ ਉਹ ਵੀ ਜਿਹੜੇ ਖੁੱਲ ਸਕਦੇ ਤੋਂ ਬਾਅਦ ਜਿਹੜੇ ਚੈਂਤਰੀ ਟਰਮੀਨਲ ਹੀ ਆ ਉਹ ਵੀ ਜਿਹੜੇ 1 ਜੁਲਾਈ ਤੋਂ ਖੁੱਲ ਜਣੇ ਹੁਣ ਇਸ ਟਾਈਮ ਸਿਰਫ ਤੇ ਸਿਰਫ ਜਿਹੜੇ ਸਵੀਮਿੰਗ ਪੂਲ ਆਊਟਸਾਈਡ ਆ ਬਾਰਲੀ ਸਾਈਡ ਉਹਨਾਂ ਦੇ ਵਿੱਚ ਗੋਤੇ ਲਾ ਸਕਦੇ ਨਾ ਸਕਦੇ ਅੰਦਰ ਜਿਹੜੇ ਉਹਨਾਂ ਦੇ ਵਿੱਚ ਨਹਾਣ ਦੀ ਇਜਾਜ਼ਤ ਨਹੀਂ ਹੈਗੀ ਪਰ ਜੇ ਅਸੀਂ ਗੱਲ ਕਰੀਏ ਸਾਲੇ ਦਾ ਜੋਕ ਉਹ ਸਾਲੇਸ ਕੋ ਮੈਸੇਜ ਸਾਲੇ ਦੀ ਗੋ ਕازਿਨੋ ਦੀ ਇਹ ਹੁੰਦੇ ਆ ਜੀ ਆਪਣੇ ਜਿਹੜੇ ਜੂਹਾ ਘਰ ਇਟਲੀ ਦੇ ਵਿੱਚ ਜਿਹੜੇ ਜੂਹਾ ਘਰ ਨੇ ਜਿਨ੍ਹਾਂ ਦੇ ਵਿੱਚ ਮਸ਼ੀਨਾਂ ਦੇ ਵਿੱਚ ਰੁਪਈਆ ਪਾ ਕੇ 100 ਪਾ ਕੇ ਪੂਰੀ ਤਨਖਾਹ ਪਾ ਕੇ ਜੇਕਰ ਜਿੱਤਣ ਦੀ ਕੋਸ਼ਿਸ਼ ਕਰਨ ਵਾਲੀਆਂ ਲੁੱਟਖੋਦੀਆਂ ਮਸ਼ੀਨਾਂ ਦੀ ਗੱਲ ਕਰੀਏ ਤਾਂ 1 ਜੁਲਾਈ ਤੋਂ ਇਟਲੀ ਦੇ ਵਿੱਚ ਇਹਨਾਂ ਦੇ ਵਿੱਚ ਵੀ ਤੁਸੀਂ ਜੇਕਰ ਆਪਣੇ ਪੈਸੇ ਗਵਾਉਣੇ ਚਾਹੁੰਦੇ ਆ ਤਾਂ ਤੁਸੀਂ ਆਪਣੇ ਗਵਾ ਸਕਦੇ ਆ ਉਸ ਤੋਂ ਬਾਅਦ 1 ਜੁਲਾਈ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਗੱਲ ਹੈ ਇਹ ਹੈ ਜੀ ਚੈਂਤਰੀ cultures ਵਾਲੀ ਨੇ ਚੈਂਤਰੀ ਸੋਚਾਲੀ ਲਈ ਅਤੇ ਚੈਂਤਰੀ ਦੀ ਕਿਰਿਆਤੀ ਵੀ ਦੇ ਇਹ ਕਿਹੜਿਆ ਜੀ ਚੈਂਤਰੀ cultures ਅਸੀਂ ਕਹ ਦਿੰਦੇ ਆ ਮੰਦਿਰ ਮਸਜਿਦ ਗੁਰਦੁਆਰੇ ਜਿੰਨੇ ਵੀ ਆਪਣੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਬੁਨਿਆਦ ਬਣਾਈ ਜਾਂਦੀ ਹੈ ਟਾੜਲਿੰਦ ਦੇ ਵਿੱਚ ਲਿਖਿਆ ਜਾਂਦਾ ਉਹਨੂੰ ਚੈਨਤ੍ਰੋ ਕੋਲਤੁਰਾਲੇ ਲਿਖਿਆ ਜਾਂਦਾ ਇੱਕ ਜਲਾਈ ਤੋਂ ਜਿੰਨੀਆਂ ਵੀ ਬੰਦਿਸ਼ਾਂ ਜਿੰਨੀਆਂ ਵੀ ਪਵੰਧੀਆਂ ਨੇ ਗੁਰੂ ਘਰ ਮੰਦਰ ਮਸਜਿਦਾਂ ਗੁਰਦੁਆਰੇ ਸਾਹਿਬ ਜਾਂ ਫਿਰ ਚਰਚਾਂ ਦੇ ਉੱਤੇ ਉਹ ਸਾਰੀਆਂ ਸਾਰੀਆਂ ਹਟਾ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਲਾ ਲਿਆ ਜਾਊਗਾ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਚੈਨਤਰੀ ਕੁਮਰਚਾਲੀ ਦੀ ਸਵੇਰ ਤੋਂ ਅਸੀਂ ਗੱਲਬਾਤ ਕਰਦੇ ਕਿ ਅਗਲੇ ਹਫ਼ਤੇ ਤੋਂ ਜਿਹੜੇ ਚੈਨਤਰੀ ਕੁਮਰਚਾਲੀ ਆ ਵੱਡੀਆਂ ਵੱਡੀਆਂ ਮਾਰਕੀਟਾਂ ਆ ਇਹਨਾਂ ਨੂੰ ਸ਼ਨੀਐਤਵਾਰ ਨੂੰ ਖੋਲ ਦੇਣਾ ਚਾਹੀਦਾ ਤੇ ਉਹੀ ਹੋਇਆ ਸਾਰਿਆਂ ਨੇ ਆਪਸੀ ਸਹਿਮਤੀ ਦੇ ਨਾਲ 22 ਮਈ ਤੋਂ ਜਿੰਨੇ ਵੀ ਮਾਰਕੀਟਾਂ ਨੇ ਕਿਉਂਕਿ ਮਾਰਕੀਟਾਂ ਵਾਲੇ ਵੀ ਹੁਣ ਜੜੀਆਂ ਆਪਣੇ ਸ਼ਟਰ ਬੰਦ ਕਰਨ ਲੱਗੇ ਸਟ੍ਰਾਈਕਾ ਕਰਨ ਲੱਗੇ ਸਰਕਾਰ ਕਹਿ ਰਹੀ ਹੈ ਕਿਤੇ ਆਬਾਮ ਭੜਕ ਨਾ ਜਾਵੇ ਜੋ ਸਿਚੁਏਸ਼ਨ ਹੱਥੋਂ ਬਾਹਰ ਨਾ ਹੋ ਜਾਏ ਇਸ ਕਰਕੇ ਇਸ ਤੋਂ ਪਹਿਲਾਂ ਕਿ ਜਿਹੜਾ ਪਾਣੀ ਸਿਰ ਤੋਂ ਉੱਤੇ ਲੰਘੇ ਇਹਨਾਂ ਨੇ ਫੈਸਲਾ ਲੈ ਲਿਆ ਕਿ 22 ਮਈ ਤੋਂ ਚਾਹੇ ਛੁੱਟੀ ਹੋਵੇ ਫੈਸਲਾ ਹੋਵੇ ਪ੍ਰੈਫੈਸਟਿਵ ਹੋਵੇ ਜੇ ਨਹੀਂ ਐਤਵਾਰ ਹੋਵੇ ਜਾਂ ਉਦੋਂ ਕੋਈ ਸਰਕਾਰੀ ਛੁੱਟੀ ਹੋਵੇ ਜਿਹੜੀਆਂ ਮਾਰਕੀਟਾਂ ਦੇ ਵਿੱਚ ਅੰਦਰ ਜਿੰਨੀਆਂ ਵੀ ਦੁਕਾਨਾਂ ਨੇ 22 ਮਈ ਤੋਂ ਇਹ ਸਾਰੀਆਂ ਨਹੀਂ ਸਾਰੀਆਂ ਖੁੱਲ੍ਹ ਸਕਦੀਆਂ ਉਸ ਤੋਂ ਬਾਅਦ ਅਸੀਂ ਕਰੀਏ ਗੱਲ 12 ਦੀ 12 ਦੇ ਵਿੱਚ ਹੁਣ ਤੱਕ ਇਜਾਜ਼ਤ ਦਿੱਤੀ ਗਈ ਹੈ ਕਿ ਬਾਹਰ ਬੈਠ ਕੇ ਤੁਸੀਂ ਖਾ ਪੀ ਸਕਦੇ ਆ ਕੁਰਸੀਆਂ ਲੱਗੀਆਂ ਹੋਣੇ ਚਾਹੀਦੇ ਇਹਦਾ ਮੇਜ਼ ਲੱਗੇ ਹੋਵੇ ਚਾਹੀਦਾ ਹੋਣੇ ਚਾਹੀਦੇ ਪਰ ਬੰਦਾ ਖੜ ਕੇ ਖਾ ਪੀ ਨਹੀਂ ਸਕਦਾ ਪਰ 1 ਜੂਨ ਤੋਂ ਜੇ ਅਸੀਂ ਗੱਲ ਕਰੀਏ ਇਸ ਲਿਮਟ ਨੂੰ ਵੀ ਚੱਕ ਦਿੱਤਾ ਜਾਣਾ ਜਾਂ ਜੀ ਤੇ 12 ਦੇ ਨਾਲ ਨਾਲ ਜੇ ਅਸੀਂ ਰੈਸਟੋਰੈਂਟਾਂ ਦੀ ਵੀ ਗੱਲ ਕਰੀਏ ਤਾਂ ਰੈਸਟੋਰੈਂਟਾਂ ਦੇ ਵਿੱਚ ਵੀ 1 ਜੂਨ ਤੋਂ ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਟੇਬਲਾਂ ਤੇ ਬੈਠ ਕੇ ਖਾਣ ਪੀਣ ਨੂੰ ਦੇ ਦਿੱਤਾ ਜਾਊਗਾ ਜੀ ਇੱਕ ਟੇਬਲ ਤੇ ਵੱਧ ਤੋਂ ਵੱਧ ਜਿਹੜੇ 4 ਬੰਦੇ ਉਹਨਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਜਾਊਗੀ ਤੇ ਇਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਸਿਚੁਏਸ਼ਨ ਇਹਨਾਂ ਨੂੰ ਹਾਲਾਤ ਬਿਹਤਰ ਹੁੰਦੇ ਦੇ ਸੇ ਵਧੀਆ ਹੁੰਦੇ ਦੇ ਸੇ ਹੁਣ ਨਾਲੋਂ ਵਧੀਆ ਹੋ ਗਏ ਹਨ ਹਾਲਾਤ ਤੇ ਰਾਤ ਨੂੰ ਵੀ ਜਿਹੜੇ ਰੈਸਟੋਰੈਂਟਾਂ ਆ ਇਹਨਾਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਜਾਊਗੀ ਜੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀ ਇੰਪੀਅੰਤੀ ਦਾ ਸ਼ੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ 12 ਫ ਦੇ ਉੱਤੇ ਜਿਹੜਾ ਤਿਲਕਣ ਵਾਲੀਆਂ ਉਹ ਜਗਾਵਾਵਾਂ ਹੁੰਦੀਆਂ ਸਕੇਟਿੰਗ ਵਾਲੀਆਂ ਤੇ ਉਹ 22 ਮਈ ਨੂੰ ਉਹ ਵੀ ਖੁੱਲ ਜਾਣੀਆਂ ਨੇ ਤੇ ਜੇ ਅਸੀਂ ਸਟੇਡੀਅਮਾਂ ਦੀ ਗੱਲ ਕਰੀਏ ਜਿਹੜੇ ਸਟੇਡੀਅਮ ਆ ਵੱਡੇ ਵੱਡੇ ਜਿਹੜੇ ਸਟੇਡੀਅਮ ਆ ਉਹ ਤਕਰੀਬਨ 1 ਜੂਨ ਤੋਂ ਸ਼ੁਰੂਆਤ ਕਰ ਜਾਣੇ ਪਰ 1 ਜੁਲਾਈ ਤੋਂ ਦੱਸਿਆ ਜਾ ਰਿਹਾ ਕਿ ਉਹ 25% ਤੋਂ ਵੱਧ ਉਹਦੇ ਵਿੱਚ ਬੰਦੇ ਜਾ ਸਕਦੇ ਪਰ ਫਿਰ ਵੀ ਜਿਹੜੇ ਹਜ਼ਾਰ ਬੰਦੇ ਤੋਂ ਵੱਧ ਨਹੀਂ ਵਿੱਚ ਬੈਠਣਾ ਚਾਹੀਦਾ ਤੇ ਜਿਹੜਾ ਬਾਹਰਲੀ ਸਾਈਡ ਆ ਉੱਤੇ 500 ਬੰਦੇ ਤੋਂ ਜਿਹੜਾ ਅੰਦਰ ਸਟੇਡੀਅਮ ਬੰਦੂਵਾ ਦੇ ਵਿੱਚ 500 ਤੇ ਜਿਹੜਾ ਬਾਹਰ ਉਹਦੇ ਵਿੱਚ ਹਜ਼ਾਰ ਤੋਂ ਵੱਧ ਬੰਦਾ ਨਹੀਂ ਹੋਣਾ ਚਾਹੀਦਾ ਫਿਰ ਗੱਲ ਕਰੀਏ ਜੀ ਕੁਰਸੀ ਦੀ ਫਾਰਮੈਟਸ਼ਨ ਹੁਣ ਕੁਰਸੀ ਦੀ ਫਾਰਮੈਟਸ਼ਨ ਕਿਹੜੇ ਹੁੰਦੇ ਆ ਕੁਰਸੀ ਦੀ ਫਾਰਮੈਟਸ਼ਨ ਅਸੀਂ ਕਹਦੇ ਜਿਹੜੀਆਂ ਪਤੰਤੇ ਦੀਆਂ ਕਲਾਸਾਂ ਹੋ ਸਕਦੀਆਂ ਤੁਹਾਡੇ ਮੁਲੈਤੋ ਦੇ ਕੋਰਸ ਹੋ ਸਕਦੇ ਆ ਕੁਸੀਂ ਵੀ ਤਰ੍ਹਾਂ ਦਾ ਜਿਹੜਾ ਕੋਰਸ ਆ ਉਹਨੂੰ ਅਸੀਂ ਕੋਰਸ ਉਹਦੀ ਫਾਰਮੈਸ਼ਨਸੋ ਨੇ ਕਹਿੰਦੇ ਆ ਜਿੰਨੇ ਵੀ ਕੋਰਸ ਆ ਜਿਹੜੇ ਸਭ ਬੰਦ ਵਾਟਾਲੀਅਨ ਸਿੱਖਣ ਵਾਲੇ ਜਾਂ ਕੁਝ ਵੀ ਉਹ ਸਾਰੇ ਦੇ ਸਾਰੇ 1 ਜੁਲਾਈ ਤੋਂ ਖੁੱਲ ਜਾਣੇ ਆ ਜੀ ਜੇ ਗੱਲ ਅਸੀਂ ਕਰੀਏ ਸਾਲੇ ਦਾ ਵੱਲੋਂ ਦਿਸਕੋ ਤੇ ਕਸ਼ਮੀਰੀਲਾ ਪੈਰ ਤੋਂ ਹਲਕਿਊਜ਼ੋ ਇਹ ਕਿੜਿਆ ਜੀ ਭੰਗੜੇ ਨੱਚਣ ਟੱਪਣ ਵਾਲੀਆਂ ਜਗ੍ਹਾਵਾਂ ਫਿਲਹਾਲ ਦੇ ਲਈ ਨੱਚਣ ਟੱਪਣ ਵਾਲੇ ਅਖਾੜੇ ਵਾਲੀਆਂ ਜਿਹੜੀਆਂ ਜਗ੍ਹਾ ਮੰਨੇ ਡਿਸਕੋ ਪੱਬ ਨੇ ਇਹਨਾਂ ਨੂੰ ਇਸ ਟਾਈਮ ਸਸਪੈਂਡ ਹੀ ਰੱਖਿਆ ਗਿਆ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੋਈ ਫੈਸਲਾ ਲੈ ਕੇ ਦੱਸੂਗੀ ਕਿ ਖੋਲਣਿਆ ਜਾਂ ਫਿਰ ਨਹੀਂ ਖੋਲਣੇ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਕੋਜ਼ੈਂਸਾ ਤੋਂ ਆ ਰਿਹਾ ਜੀ ਕੋਜ਼ੈਂਸਾ ਦੇ ਵਿੱਚ ਇੱਕ ਔਰਤ ਜੋ ਇਸ ਟਾਈਮ ਕਲੀਅਰ ਨਹੀਂ ਦੱਸਿਆ ਕਿ ਉਸ 73 ਸਾਲ ਦੀ ਜਿਹੜੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕਾਨੂੰਨੀ ਜਿਹੜੀ ਕੁੜੀ ਸੀ ਇੱਕ ਜਿਹੜੀ ਪੋਤੀ ਸੀ ਜਾਂ ਦੋਤੀ ਸੀ ਇਹ ਨਹੀਂ ਕਲੀਅਰ ਕੀਤਾ ਗਿਆ ਕਿ ਇਟਲੀ ਦੇ ਵਿੱਚ ਨਾਨੀ ਤੇ ਦਾਦੀ ਨੂੰ ਦੋਹਾਂ ਨੂੰ ਨੋਨਾ ਹੀ ਕਹਿੰਦੇ ਆ ਇੱਕ 73 ਸਾਲ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਆਪਣੀ ਪੋਤੀ ਜਾਂ ਫਿਰ ਦੋਤੀ ਨੂੰ ਬਜ਼ੁਰਗਾਂ ਦੇ ਕੋਲ ਲੈ ਕੇ ਜਾਂਦੀ ਸੀ ਤਾਂ ਜੋ ਉਹਦੇ ਸਰੀਰ ਦਾ ਸ਼ੋਸ਼ਣ ਕੀਤਾ ਜਾਵੇ ਤੇ ਜਿਸ ਬੰਦੇ ਦੇ ਕੋਲ ਲੈ ਕੇ ਗਈ ਤੇ ਜਿਹੜੀ ਉਹ 73 ਸਾਲ ਦੀ ਔਰਤ ਸੀ ਦੋਹਾਂ ਨੂੰ ਜਿਸਮ ਜਿਸਮਾਨੀ ਤਸਕਰੀ ਦੇ ਵਿੱਚ ਜ਼ਰਫਤਾਰ ਕਰ ਲਿਆ ਗਿਆ ਤੇ ਇਹਨਾਂ ਨੂੰ ਕਾਫੀ ਲੰਬੇ ਟਾਈਮ ਦੇ ਤੱਕ ਜਿੰਨੀ ਨਦੀ ਹੁਣ ਜ਼ਿੰਦਗੀ ਆ ਜੇਲ੍ਹ ਦੇ ਵਿੱਚ ਰਹਿਣਾ ਪੈਣਾ ਕਿਉਂਕਿ ਬਹੁਤ ਵੱਡਾ ਗੁਨਾਹ ਬਹੁਤ ਹੀ ਵੱਡੀ ਘਟਿਆ ਸੋਚ ਘਟਿਆ ਕੰਮ ਇਹ ਕਰ ਰਹੇ ਸਨ ਅਗਲਾ ਜੋ ਆਪਣਾ ਅਪਡੇਟ ਆ ਜੀ ਆ ਰਿਹਾ ਸਿਚੀਲਿਆ ਤੋਂ ਸਿਚੀਲਿਆ ਦੇ ਵਿੱਚ ਵੈਕਸੀਨਾਂ ਜਿਹੜੀਆਂ ਕਾਫੀ ਹੱਦ ਤੱਕ ਜਿਹੜੀਆਂ ਵੈਕਸੀਨਾਂ ਦੱਸਿਆ ਜਾ ਰਹਾ ਗਿਣਤੀ 50000 ਤੱਕ ਕੀਤੀ ਗਈ ਆ ਕਿ ਫਰਿੱਜਾਂ ਦੇ ਵਿੱਚ ਹੀ ਪਈਆਂ ਨੇ ਫਰਿੱਜਾਂ ਦੇ ਪਿੱਛੇ ਪਈਆਂ ਪਈਆਂ ਹੀ ਕਰਾਉ ਹੋਛਾ ਬੀ ਪਹਿਲਾਂ ਵੀ ਜਿਹੜੀਆਂ ਸਾਊਥ ਦੇ ਵਿੱਚ ਸਾਊਥ ਇਟਲੀ ਦੇ ਵਿੱਚ ਜਿਹੜੀਆਂ ਵੈਕਸੀਨ ਅਸੀਂ ਕਾਫੀ ਹੱਦ ਤੱਕ ਵੈਨੇਟੋ ਦੇ ਵਿੱਚ ਲਗੀਆਂ ਸੀ ਪਰ ਇਸ ਵਾਰ ਵੀ ਆਸਟਰਾ ਜ਼ੇਨ ਕਾ ਇੰਨੀ ਬਦਨਾਮ ਹੋ ਚੁੱਕੀ ਹੈ ਕਿ ਸਿਚੀਲੀਆ ਵਾਲੇ ਪੂਲੀਆ ਵਾਲੇ ਕਿਹਾ ਜਾ ਰਿਹਾ ਕਿ ਜਿਹੜੀ ਇਹ ਵੈਕਸੀਨ ਅਸੀਂ ਨਹੀਂ ਲਵਾਣੀ ਤੇ ਇਹ ਦੱਸਿਆ ਜਾ ਰਿਹਾ ਕਿ ਉਹ ਕਹਿ ਰਹੇ ਨੇ ਜੀ ਅਸੀਂ ਹੋਰ ਵੈਕਸੀਨ ਲਵਾ ਲਾਂਗੇ ਆਸਟਰਾ ਜ਼ੇਨ ਕਾ ਨਹੀਂ ਲਵਾਣੀ ਤੇ 50000 ਜਿਹੜੀਆਂ ਵੈਕਸੀਨ ਦੀਆਂ ਡੋਜ਼ਾਂ ਜਿਨ੍ਹਾਂ ਨੂੰ ਯੂਜ਼ ਹੀ ਨਹੀਂ ਕੀਤਾ ਗਿਆ ਫ੍ਰਿਜਾਂ ਦੇ ਵਿੱਚੋਂ ਹੁਣ ਇਟਲੀ ਦੇ ਵੱਖ-ਵੱਖ ਜਿਹੜੇ ਹੋਰ ਸਟੇਟਾਂ ਉਹਨਾਂ ਦੇ ਵਿੱਚ ਭੇਜਿਆ ਜਾਊਗਾ ਤਾਂ ਜੋ ਇਹਨਾਂ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਕੀਤੀ ਜਾ ਸਕੇ ਤਾਂ ਤਾਂ ਜੋ ਇਹ ਫ੍ਰਿਜਾਂ 'ਚ ਪਈਆਂ ਪਈਆਂ ਹੀ ਐਕਸਪਾਇਰ ਨਾ ਹੋ ਜਾਣ ਜੀ ਉਸ ਤੋਂ ਬਾਅਦ ਚੱਲਦੇ ਹਾਂ ਜੀ ਕੁਝ ਹੋਰ ਖਾਸ ਖਬਰਾਂ ਵਾਲ ਜੋ ਕਿ ਅੱਜ ਦੇ ਦਿਨ ਦੇ ਵਿੱਚ ਰਹੀਆਂ ਨੇ ਸਭ ਤੋਂ ਪਹਿਲਾਂ ਦੇਖਦੇ ਹਾਂ ਸੋਨੇ ਦਾ ਰੇਟ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਤਕਰੀਬਨ ਪਿਛਲੇ ਮਹੀਨੇ ਤੱਕ ਕਾਫੀ ਹੱਦ ਤੱਕ ਇਹਦੇ ਸੋਨੇ ਦੇ ਰੇਟਾਂ ਦੇ ਵਿੱਚ ਗਿਰਾਵਟ ਆਈ ਸੀ ਬਹੁਤ ਹੀ ਰੇਟ ਥੱਲੇ ਚਲਾ ਗਿਆ ਇਹ ਸ਼ੇਅਰ ਮਾਰਕੀਟ ਦੀ ਅਸੀਂ ਗੱਲ ਕਰ ਰਹੇ ਹਾਂ ਸੋਨੇ ਦੇ ਜੋ ਬਿਸਕਟ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਸ਼ੇਅਰ ਮਾਰਕੀਟ ਦੇ ਵਿੱਚ ਹੀ ਬਿਟਕੋਇਨ ਦੀ ਬਿਟਕੋਇਨ ਡੋਜੀ ਕੋਇਨ ਤੇ ਐਲਨ ਮਸਕ ਜੋ ਕਿ ਪੂਰੀ ਦੀ ਪੂਰੀ ਸਟਾਕ ਸਟਾਕ ਮਾਰਕੀਟ ਨੂੰ ਕ੍ਰਿਪਟੋ ਕਰੰਸੀ ਨੂੰ ਅਸੀਂ ਕਹਿ ਰਹੇ ਹਾਂ ਕੰਟਰੋਲ ਅਸੀਂ ਕਹਿ ਸਕਦੇ ਹਾਂ ਕੰਟਰੋਲ ਕਰ ਰਿਹਾ ਹੈ ਕਿਸੇ ਸਾਧਨਾ ਜਿਸ ਟਾਈਮ 32 33000 ਤੇ ਬਿਟਕੋਇਨ ਚੱਲ ਰਿਹਾ ਸੀ ਉਸਨੇ ਤਕਰੀਬਨ 1.5 200 ਕਰੋੜ ਦੇ ਬਿਟਕੋਇਨ ਖਰੀਦੇ ਤੇ ਉਹਨੂੰ ਦੇਖ ਕੇ ਜਿਹੜਾ ਇਹਦਾ ਦਿਨੋਂ-ਦਿਨ ਹਫ਼ਤੇ ਦੇ ਵਿੱਚ 10-20 ਹਜ਼ਾਰ ਰੇਟ ਵਧ ਗਿਆ ਤੇ ਹੁਣ ਜਦੋਂ 48-49-50 ਹਜ਼ਾਰ ਤੱਕ ਇਹਦਾ ਰੇਟ ਚੱਲ ਰਿਹਾ ਸੀ ਇੱਕ ਬਿਟਕੋਇਨ ਦਾ ਤੇ ਇਹਨਾਂ ਨੂੰ ਮਸਕ ਨੇ ਆਪਣਾ ਇੱਕ ਬਿਆਨ ਦਿੱਤਾ ਟਵਿੱਟਰ ਤੇ ਇੱਕ ਬਿਆਨ ਆਇਆ ਜੀ ਕਹਿ ਰਹੇ ਨੇ ਕਿ ਅਸੀਂ ਜਿੰਨੇ ਵੀ ਬਿਟਕੋਇਨ ਆ ਇਹਨਾਂ ਨੂੰ ਵੇਚਣਾ ਅਸੀਂ ਬਿਟਕੋਇਨ ਨਹੀਂ ਰੱਖਣੇ ਸਾਡੀਆਂ ਗੱਡੀਆਂ ਨੂੰ ਖਰੀਦਣ ਲਈ ਬਿਟਕੋਇਨ ਨਹੀਂ ਵਰਤੋਂ ਕੀਤੀ ਜਾਣੀ ਕਿਉਂਕਿ ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਹੁੰਦਾ ਬਹੁਤ ਹੀ ਜ਼ਿਆਦਾ ਬਿਜਲੀ ਖਰਚ ਹੁੰਦੀ ਹੈ ਜੋ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਹੁਣ ਅਸੀਂ ਇੱਕ ਨਵੀਂ ਕ੍ਰਿਪਟੋ ਕਰੰਸੀ ਹੈ ਜਿਹੜੀ ਉਹਨੂੰ ਦੇਖਾਂਗੇ ਤੇ ਜਿਹੜੀ ਨਵੀਂ ਕ੍ਰਿਪਟੋ ਕਰੰਸੀ ਹੈ ਜੀ ਸਭ ਤੋਂ ਵੱਧ ਜਿਹੜੀ ਆਖੋ ਆ ਹੁਣ ਇਸ ਟਾਈਮ ਬੰਦਿਆਂ ਦੀ ਆ ਡੋਜੀ ਕੋਇਨ ਤੇ ਡੋਜੀ ਕੋਇਨ ਜਾਂ ਫਿਰ ਇਹਨੂੰ ਅਸੀਂ ਡੌਗੀ ਡੌਗੀ ਕੋਇਨ ਵੀ ਕਹਿ ਸਕਦੇ ਪਰ ਇਸ ਤੋਂ ਬਾਅਦ ਇੱਕ ਹੋਰ ਕ੍ਰਿਪਟੋ ਕਰੰਸੀ ਹੈ ਜਿਹਦਾ ਨਾਮ ਹੈ ਜੀ ਸ਼ਿਬਾਈਨੂ ਸ਼ਿਬਾਈਨੂ ਜੋ ਕਿ ਦੋਜੀ ਕੋਇਨ ਦਾ ਬੜਾ ਭਰਾ ਵੀ ਕਿਹਾ ਜਾ ਰਿਹਾ ਜਾਂ ਫਿਰ ਉਹਦਾ ਛੋਟਾ ਭਰਾ ਵੀ ਅਸੀਂ ਕਹਿ ਸਕਦੇ ਹਾਂ ਇਹ ਵੀ ਇਸ ਟਾਈਮ ਬਹੁਤ ਹੀ ਹੱਦ ਤੱਕ ਵੱਧ ਰਿਹਾ ਦਿਨ ਰਾਤ ਦੇ ਤਾਂ ਇੱਕ ਦਿਨ ਇਹਦਾ ਰੇਟ ਵੱਧਦਾ ਤੇ ਦੂਸਰੇ ਦਿਨ ਇਹਦਾ ਰੇਟ ਘਟਦਾ ਚੀ ਵੀ ਬੰਦਾ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਲਾਹ ਦਿੰਦੇ ਆ ਜੀ ਟਰੇਡਿੰਗ ਜਦੋਂ ਅਸੀਂ ਕਰਦੇ ਆ ਅਸੀਂ ਹਜ਼ਾਰ ਦੀ ਟਰੇਡਿੰਗ ਕਰਦੇ ਆ ਤਾਂ ਉਹਦੇ ਲਈ ਸਾਨੂੰ 100 ਰੁਪਈਆ ਵੀ ਕਾਫੀ ਹੁੰਦਾ ਪਰ ਮੇਨ ਗੱਲ ਆ ਤੁਸੀਂ ਪੈਸੇ ਜ਼ਿਆਦਾ 100 ਵਾਲੇ ਨੂੰ ਟ੍ਰੇਡਿੰਗ ਕਰਦੇ ਨਾਲੋਂ ਕਾਰਨ ਦੇ ਨਾਲੋਂ ਜਿਹੜਾ ਕ੍ਰਿਪਟੋ ਕਰੰਸੀ ਆ ਉਹਨੂੰ ਹੀ ਖਰੀਦੋ ਤਾਂ ਜੋ ਰੇਟ ਵਧੇ ਘਟੇ ਜਦੋਂ ਤੁਹਾਨੂੰ ਲੱਗਾ ਫਿਰ ਰੇਟ ਵੱਧ ਗਿਆ ਉਸ ਟਾਈਮ ਉਸ ਚੀਜ਼ ਨੂੰ ਤੁਸੀਂ ਵੇਚ ਦਿਓ ਤੇ ਤੁਹਾਨੂੰ ਜਿਹੜਾ ਨੁਕਸਾਨ ਨਾ ਹੋਵੇ ਸੋਨੇ ਦੇ ਵਿੱਚ ਬਹੁਤ ਫਾਇਦਾ ਹੈ ਜੀ ਹਮੇਸ਼ਾ ਹੀ ਇਹਦੇ ਵਿੱਚ ਫਾਇਦਾ ਹੁੰਦਾ ਹੁਣ ਫਿਰ 1860 1870 ਤੱਕ ਇਹਦਾ ਰੇਟ ਪਹੁੰਚ ਗਿਆ ਜੇਕਰ ਇਹਦਾ ਰੇਟ ਘਟਿਆ ਜਿਸ ਟਾਈਮ ਵੀ ਤੁਹਾਨੂੰ ਲੱਗੇ ਕਿ ਰੇਟ ਘਟਦਾ ਤਾਂ ਇਹਨੂੰ ਖਰੀਦੋ ਟ੍ਰੇਡਿੰਗ ਕਰਨੀ ਆ ਪੈਟਰੋਲ ਜਾਂ ਫਿਰ 골ਡ ਉੱਤੇ ਕਰੋ ਇਹ ਉਹ ਨੇ ਜਿਹੜੇ ਹਮੇਸ਼ਾ ਹੀ ਬੈਨੀਫਿਟ ਦਿੰਦੇ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਖੁੱਲ੍ਹ ਜਣੀਆਂ ਕੌਫੀ ਵਗੈਰਾ ਇਦਾਂ ਜਿਹੜੀਆਂ ਚੀਜ਼ਾਂ ਇਹ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਇਹਨਾਂ ਦਾ ਰੇਟ ਜਾਣਾ ਉੱਤੇ ਜੇ ਆਸਤਰਾ ਜਿੰਨਾਂ ਬਦਨਾਮ ਹੋ ਗਈ ਹੈ ਇਸ ਕਰਕੇ ਇਹਦਾ ਰੇਟ ਥੱਲੇ ਡਿੱਗ ਸਕਦਾ ਇਹਦੇ ਨਾਲ ਅੱਜ ਦੀਆਂ ਜਿਹੜੀਆਂ ਖਬਰਾਂ ਇੱਥੇ ਸਮਾਪਤ ਕਰਦੇ ਨਹੀਂ ਤਾਂ ਖਬਰਾਂ ਬਹੁਤ ਹੀ ਜ਼ਿਆਦਾ ਲੰਬੀਆਂ ਹੋ ਜਾਣਗੀਆਂ ਮਿਲਾਂਗੇ ਜੀ ਕੱਲ੍ਹ ਦੇ ਐਪੀਸੋਡ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਤੁਸੀਂ ਸੁਣੋ ਇਹ ਇਟਾਲੀ ਦੀ ਖਬਰ ਕੁਲਬੀਰ ਸਿੰਘ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ